ਮਨਸ਼ੇ ਮੀਆਂ ਚੰਦ ਹੱਸ ਹੱਸ ਚਮਕੇ ਹੁਣ ਸਾਰੇ ਕਰੇ ਰਛਨਾਈਆਂ ਉਹ ਇਹਦੀ ਹਸਤੀ ਦਾ ਬਦਲ ਆ ਐਸਾ ਰੋਵੇ ਕਿ ਅੰਜੀਆਂ ਦੇ ਜਿਗье ਉਹ ਸਾਰੇ ਹੀ ਦਾਗ ਸਾਰਾ ਹੀ ਹਨੇਰਾ ਦੂਰ ਹੋ ਜਾਵੇ ਤੇ ਇਹ ਤੇ ਸਾਰਾ ਹੀ ਅੱਲਾ ਪਾਕ ਦੀ ਸੂਰਤ ਆ ਇਹੋ ਹੀ ਦੱਸੇ ਸੂਰਤ ਰਾਹ ਬੇਸੂਰਤ ਦਾ ਤੋਬਾ ਰਾਹ ਹੈ ਐਨ ਹਕੀਕਤ ਦਾ ਪਰ ਕਮ ਨਹੀਂ ਬੇਸੂਰਤ ਦਾ ਕੋਈ ਵਿਰਲੀਗਾ ਮੋਤੀ ਲੈ ਤਰੀਆਂ ਸੁਭਾਨ ਅੱਲਾ ਮਾ ਅਜਮਲਾ ਕਾ ਮਾ ਆਹਸਾਨਾ ਕਾ ਮਾ ਅਕਮਲਾ ਕਾ ਕਿਥੇ ਮੇਰੇ ਅਲੀ ਕਿਥੇ ਤੇਰੀ ਸਨਾਹ ਮੁਸਤਾਕ ਅਖੀਆਂ ਕਿਥੇ ਜਹਾ ਲੜੀਆਂ ਕਿਉਂਕਿ ਜਿਹੜੀਆਂ ਦੀਦਾਰ ਕਰਦੀਆਂ ਨੇ ਉਹ ਮੁਸਤਾਕ ਹੁੰਦੀਆਂ ਜਿਹੜੀਆਂ ਤਰਲੇ ਹੀ ਲੈਂਦੀਆਂ ਮਰ ਗਈਆਂ ਉਹ ਕਿਥੋਂ ਮੁਸਤਾਕ ਹੁੰਦੀਆਂ ਉਹਨਾਂ ਨੂੰ ਗੁਸਤਾਖ ਭਾਵੇਂ ਕੋਈ ਕਹਿ ਲੇ ਹੈ ਜਾਂ ਫਿਰ ਉਹ ਸਰਕਾਰ ਸਰਕਾਰ ਪੀਰ ਮੇਰਲੀ ਸ਼ਾ ਆਪਣੀ ਜ਼ੁਬਾਨੀ ਆਪਣੇ ਆਪ ਦੀ ਨਫੀ ਕਰਨ ਵਾਸਤੇ ਕਹਿ ਸਕਦੇ ਆ ਅਸੀਂ ਤੁਸੀਂ ਨਹੀਂ ਕਹਿਣਾ ਚਾਹੀਦਾ ਉਹ ਆਪਣੀ ਕਲਾਮ ਦੇ ਵਿੱਚ ਉਹ ਹੀ ਕਹਿ ਸਕਦੇ ਆ ਬੁੱਲੇ ਸ਼ਾਹ ਨੂੰ ਕੋਈ ਨਾ ਵੇਖੇ ਜਿਹੜਾ ਵੇਖੇ ਉਹਦੇ ਕਿਸੇ ਨਾ ਲੇਖੇ ਜਿਹੜਾ ਵੇਖੇ ਹੀ ਹੋ ਕੇ ਉਹ ਤੇ ਵਾਹ ਵਾਹ ਰمز ਇਸ਼ਕ ਦੀ ਹੋਰ ਐਸਾ ਇਸ਼ਕ ਵਿੱਚ ਕਰ ਤੂੰ ਕਮਾਲ ਹਾਸਲ ਕੇ ਯਾਰ ਯਾਰ ਕਰਦਾ ਖੁਦ ਯਾਰ ਹੋ ਜਾ ਫਿਰ ਹਰ ਜਾ ਹੌਸੇ ਨੂੰ ਜਾਨ ਮੌਜੂਦ ਪਰ ਤੂੰ ਜੇ ਬਰਲਾ ਦੀ ਨਾਲ ਤਲਵਾਰ ਹੋ ਜਾ ਹੋ ਕੇ ਜਜ਼ਬ ਵਿੱਚ ਕਤਰਿਆਂ ਐਨ ਦਰਿਆ ਬਸ ਐਨ ਦਰਿਆ ਬੇਕਨਾਰ ਹੋ ਜਾ ਅਬਰ ਆਪਣੇ ਆਪ ਨੂੰ ਮੇਟ ਕੇ ਵਾਂਗ ਦਾਣੇ ਬਸ ਮੇਟ ਕੇ ਫਿਰ ਗੁਲੋ ਗੁਲਜ਼ਾਰ ਹੋ ਜਾ ਤੇ ਤੌਬਾ ਕਰ ਹੋਰ ਨ ਮੰਨੀ ਪੈਂਤਨ پاک ਨੂੰ ਜਾਣੀ ਜਾਨ ਅਲੀ ਦਿਲ ਫਾਤਿਮਾ ਦੋ ਨੈਨ ਹਸਨ ਹੁਸੈਨ ਪਿਛਾਣੀ ਆਨਾ ਮੈਂ ਨੂਰ ਹਦੀਸ ਨਬੀ ਦੀ ਇਸ ਵਿੱਚ ਸ਼ੱਕ ਨਾ ਜਾਣੀ ਜੋਤਲੀ ਸ਼ਾ ਇਹ ਸਾਰਾ ਨੂਰ ਮੁਹੰਮਦੀ ਤੂੰ ਗੈਰੋਂ ਚਿੱਤ ਹਟਾਵੇਂ ਉਹ ਗੈਰ ਦਾ ਵੀ ਹੁਣ ਤੁਹਾਨੂੰ ਦੱਸ ਦਿੰਨੇ ਆਂ ਵੀ ਗੈਰ ਕੀ ਆ ਉਹ ਇੱਕ ਵਹਿਮ ਆ ਬੁੱਲੇ ਸ਼ਾ ਕਹਿੰਦੇ ਆ ਨਾ ਕੁਝ ਕੱਢਿਆ ਨਾ ਕੁਝ ਪਾਇਆ ਮੇਰਾ ਨਿਕਲ ਗਿਆ ਵਿਸ਼ਵਾਸਾ ਨਹੀਂ ਹੁਣ ਮੈਨੂੰ ਖਿੜ ਖਿੜੇ ਆਵੇ ਹਾਸਾ ਹੈਂ ਉਹ ਦਾਲ ਦੁਈ ਕਾ ਵਹਿਮ ਹੈ ਬਾਤਲ ਝੂਠਿਆਂ ਤੈਨੂੰ ਪਾਇਆ ਏ ਨਾ ਇਹ ਹੁਕਮ ਖੁਦਾ ਕਾ ਪਿਆਰੇ ਨਾ ਨਬੀ ਫਰਮਾਇਆ ਏ ਇਹ ਗੱਲ ਉਹ ਹੀ ਜਾਣੇ ਜਿਹਨੂੰ ਮੁਰਸ਼ਿਦ ਆਪ ਸਮਝਾਇਆ ਏ ਕਾਦਰੀ ਆਪਣੇ ਮੁਰਸ਼ਿਦ ਦਾ ਮੈਂ ਪਲ-ਪਲ ਸ਼ੁਕਰ ਬਜਾਇਆ ਜਦੋਂ ਅੱਲਾਹ ਤਬਾਰਕ ਵਾ ਤਾਲਾ ਨੇ ਇਸ਼ਕ ਸੀ ਤੇਰੇ ਬਣਾਉਣ ਦਾ ਤੇ ਫਿਰ ਹੈ ਉਹ ਕਹਿੰਦਾ ਤੇਰਾ ਕਹਿਣਾ ਜਾਂ ਕਰਨਾ ਮੇਰਾ ਕਾਮ ਹੈ ਤੂੰ ਨਹੀਂ ਇਨਸਾਨ ਉਹ ਤੇ ਮੇਰਾ ਹੀ ਨਾਮ ਹੈ ਹੈ ਜਿੱਥੋਂ ਚੱਲਿਆ ਜਿੱਥੋਂ ਇਹ ਉਹਨੇ ਕੌਣ ਕਿਹਾ ਫਈਆਕੂਨ ਹੋਇਆ ਤੇ ਫਈਆਕੂਨ ਕੌਣ ਹੋਇਆ ਜਦੋਂ ਹਹਿਾਈ ਆਹਦ ਸੀ ਇਕੱਲਾ ਸੀ ਤੇ ਉਹਦੀ ਚਾਹਤ ਅਲਸਤੋ ਬਰਬੇ ਕੋ ਮਜ਼ਾਤ ਨੂੰ ਹੀ ਇਸ਼ਕ ਹੋਇਆ ਤੇ ਹੁਣ ਵੀ ਜ਼ਾਤ ਹੀ ਜ਼ਾਤ ਹੈ ਹੈ ਤੇ ਵਾਹਦ ਵਾਹਦਾਹੁ ਲਾ ਸ਼ਰੀਕ ਹੀ ਆ ਹਰ ਪਾਸੇ ਤੇ ਅੱਲਾਹ ਪਾਕ ਪਰਵਰਦੀਗਾਰ ਦੀਆਂ ਹੀ ਸੂਰਤਾਂ ਨੇ ਇਹ ਸੂਰਤਾਂ ਫਿਰ ਮੁਗਾਲ ਤੇ ਵਿੱਚ ਭਲੇਖੇ ਵਿੱਚ ਸ਼ੱਕ ਵਿੱਚ ਪਈਆਂ ਹੋਈਆਂ ਇੱਥੇ ਹੀ ਫਿਰ ਅਮਰ ਆ ਗਿਆ ਯਾਯੂਹੱਲਜ਼ੀਨਾ ਅਮਨੁਤਕੁਲਹਾ ਵਤਗੂ ਲਾਹਿਲ ਵਸੀਲਾ ਤਾ ਫਿਜਾਹਿਦੂ ਸਬੀਲੇ ਹੀ ਲਾ ਅੱਲਾਕੁਮ ਤਫਲਹੁਨ ਐ ਇਮਾਨ ਵਾਲੋ ਡਰੋ ਅੱਲਾਹ ਸੇ ਔਰ ਢੂੰਡੋ ਉਸ ਕੀ ਤਰਫ ਵਸੀਲਾ ਉਹ ਉਹ ਕਿਦੋਂ ਇਹਨੂੰ ਸ਼ੌਕ ਹੋਣਾ ਕਿ ਜਦੋਂ ਬਾਲਗ ਹੋ ਗਿਆ ਜਦੋਂ ਬਾਲਗ ਹੋ ਗਿਆ ਜਦੋਂ ਮੌਲਾਣਾ ਸਾਹਿਬ ਨੂੰ ਕਹਿਣ ਲੱਗਾ ਵੀ ਲੰਬੜਦਾਰ ਮੈਂ ਹੋ ਗਿਆ ਤੇ ਮੈਂ ਨਾ ਤਾਏ ਦੀ ਦਾਦੇ ਅੱਬੂ ਦੀ ਉਂਗਲ ਫੜ ਕੇ ਆਇਆ ਸੀ ਹੈ ਤੇ ਯਾਰ ਉਹ ਤੇਲੀਆਂ ਦੇ ਢੱਗੇ ਵਾਂਗੂ ਅਜੇ ਵੀ ਮੈਂ ਉਹੋ ਹੀ ਚੱਕਰ ਕੱਢਣ ਡਿਆਂ ਤੇ ਪੰਜੇ ਬਨਾ ਅਸਲਾਮ ਦੇ ਅਪਣਾ ਲਏ ਆ ਤੇ ਫੇਰ ਵੀ ਮੈਂ ਰਾਏ ਰਾਸਤ ਦਾ ਮੈਨੂੰ ਕੋਈ ਮਕਸਦ ਮਹੂਮ ਦਾ ਪਤਾ ਹੀ ਨਹੀਂ ਹੈ ਕਿ ਜਿਹੜਾ ਮੈਂ ਰਾਹ ਮੰਗਣ ਡਿਆ ਵੀ ਮੈਂ ਟਿੱਬਿਆਂ ਵੱਲ ਨੂੰ ਜਾਣਾ ਹੈ ਕਿ ਜਾਂ ਇਧਰ ਜਾਣਾ ਜਾਂ ਉਧਰ ਜਾਣਾ ਜਿਹੜੇ ਸਹਬ ਕੋਲ ਜਾਣਾ ਵਾ ਉਹਦੀ ਕੋਈ شناخت ਉਹਦੀ ਕੋਈ ਸੂਰਤ ਉਹਦਾ ਕੋਈ ਹਤਾ ਪਤਾ ਹੀ ਨਹੀਂ ਅੱਲਾ ਹੈ ਜਿਹੜਾ ਹੈ ਹੀ ਲਾਪਤਾ ਤੇ ਉਹ ਅਜ਼ੀਜ਼ मियां ਆਂਦਾ ਵੀ ਮੈਂ ਲਾਪਤਾ ਕਾ ਘਰ ਸੇ ਨਿਕਲਾ ਕਰਨੇ ਪਤਾ ਤੋ ਕਹਤਾ ਫਿਰ ਅੱਲਾ ਪਤਾ ਲਾਪਤਾ ਲਾਪਤਾ ਕਹਤੇ ਕਹਤੇ ਮੈਂ ਖੋਦ ਹੀ ਹੋ ਗਿਆ ਲਾਪਤਾ ਹੈ ਤੇ ਇਹ ਆ ਕੇ ਮਿਟ ਜਾ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੋਈ ਮਰਤਬਾ ਚਾਹੇ ਕਿ ਦਾਣਾ ਖਾਕ ਮੇ ਮਿਲ ਕੇ ਗੋਲੂ ਗੁਲਜ਼ਾਰ ਹੁੰਦਾ ਹੈ ਤੇ ਇਹਨੂੰ ਆਪਣੇ ਆਪ ਕਿਸ ਤਰ੍ਹਾਂ ਮਿਟੇ ਟੇਡਾ ਚੀਰ ਕੱਢ ਕੇ ਕੁੰਡਲ ਪਾ ਕੇ ਮੂਛਾਂ ਨੂੰ ਤਾ ਦੇ ਕੇ ਤੇ ਫਿਰ ਇਸ ਤਰ੍ਹਾਂ ਮਿਟਦਾ ਹੈ ਹੈ ਤੇ ਜਿਨ੍ਹਾਂ ਨੇ ਮਿਟਾਇਆ ਇਹ ਆਪਣੇ ਆਪ ਨੂੰ ਉਹ ਤੁ ਇਸ ਤਰ੍ਹਾਂ ਕਹਿਣਾ ਹੁੰਦਾ ਵੀ ਆਪਣੇ ਮੂੰਹ ਤੇ ਆਪ ਹੀ ਕਾਲੋ ਮਲ ਕੇ ਤੇ ਆਪਣੇ ਸਾਈਂ ਦੇ ਅੱਗੇ ਵਾਸਤੇ ਪਾਵੇ ਆ ਉਹਦੇ ਹੁਸਨ ਦੇ ਹੈਂ ਤੇ ਫੇਰ ਬਾਤ ਬਣਦੀ ਆ ਤੇ ਫੇਰ ਅੰਦਰ ਜਿਹੜਾ ਕਾਲਾ ਹੈ ਨਾ ਉਹ ਫੇਰ ਧੁੱਪਦਾ ਫੇਰ ਧੁੱਪਦਾ ਹੈ ਤੇ ਫੇਰ ਫੇਰ ਆਸਤਾ ਆਸਤਾ ਧੀਰੇ ਧੀਰੇ ਰੰਗ ਲਾਗਤ 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 ਹੈ ਭਉ ਭਾਗਤ 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 ਹੈ ਫੇਰ ਭਾਗ ਜਾਗਤ 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 ਹੈ ਫੇਰ ਇੱਕ ਦਿਨ ਉਹ ਵੀ ਕਹਿੰਦਾ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਹੀ ਰਾਂਝਾ ਹੋਈ ਹੈ ਆਪਣੀਆਂ ਸਹੇਲੀਆਂ ਸਖੀਆਂ ਨੂੰ ਜਾਂ ਆਪਣੀਆਂ ਦਲੀਲਾਂ ਨੂੰ ਸਮਝਾਉਂਦਾ ਹੈ ਕਿ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਹੀ ਰਾਂਝਾ ਹੋਈ ਹੁਣ ਸੱਦਿਓ ਨਹੀਂ ਮੈਨੂੰ ਤੀ ਦੋ ਰਾਂਝਾ ਹੀਰਨਾ ਆਖਿਓ ਕੋਈ ਮੈਂ ਰਾਂਝਣ ਵਿੱਚ ਤੇ ਰਾਂਝਾ ਆਸਾਂ ਵਿੱਚ ਫਰਕ ਨਾ ਰਹਿ ਗਿਆ ਕੋਈ ਹੈ ਤੇ ਆਕੇ ਹਕੀਕਤ ਸਹੀ ਮਾਨਿਆਂ ਦੇ ਵਿੱਚ ਹੱਕ ਅੱਲਾ ਪਾਕ ਪਰਵਰ ਦੀ ਗੱਲ ਦੀ ਜਨਾਬ ਪਾਕ ਦੇ ਬਾਰੇ मोलन अपना कादरी साहब ही फरमा है बातन इंसान का है जिसे आहद कहते बातन इंसान का है जिसे आहद कहते हैं हक का ज़हर यही इंसान है अल्लाह है तो फिर वाजिया मुहब्बत ने क्या मालको खालक ने कि अल इंसान सिर रिवा ना सिर राहू इंसान तू मेरा बेत है मैं तेरा बेत हूँ ਤੇ ਉਹ ਇਨਸਾਨ ਨੇ ਬੇਤ ਇਹਨਾਂ ਮਲਵੰਟਿਆਂ ਕੋਲੋਂ ਕਿਸੇ ਕੋਲ ਪਾ ਲੂਗਾ ਹੈ ਇਹ ਤੇ ਆਪ ਆਪ ਹੀ ਜਿਸ ਤਰ੍ਹਾਂ ਲੜਨ ਦੇ ਜਿਸ ਤਰ੍ਹਾਂ ਕਰੰਗ ਤੇ ਲੜਨ ਦੇ ਹੈ ਤੇ ਇਹਨਾਂ ਕੋਲੋਂ ਇਹ ਇਹ ਹਕੀਕਤ ਨਹੀਂ ਹਾਸਲ ਹੁੰਦੀ ਤੇ ਫਿਰ ਫਿਰ ਹੱਕ ਸੱਚ ਦੇ ਅਲੰਬਰਦਾਰ ਕੋਈ ਅੱਲਾ ਦਾ ਵਲੀ ਕਾਮਲ ਮਿੜੇ ਤੇ ਫਿਰ ਇਹਨੂੰ ਇਹਦੀ ਹਕੀਕਤ ਦਾ ਦਰਸ ਦੇਵੇ ਇਲਮ ਦਾ ਨੁਕਤਾ ਕੀ ਹੈ ਕਿਸੇ ਨੇ ਇਹਨੂੰ ਨੁਕਤਾ ਫਰਮਾਇਆ ਕਿਸੇ ਨੇ ਇਹਨੂੰ ਅਲਫ਼ਾ ਫਰਮਾਇਆ ਸਰਕਾਰ پیر ਮੌਲਾ ਅਲੀ ਮੁਸ਼ਕਿਲ ਕਸ਼ਾਫ ਰਮਾਉਂਦੇ ਨੇ ਅਲ ਇਲਮੁ ਨੁਕਤਾ ਤੁਨ ਕਸਰਤੁਲ ਜਾਹਲਿਨ ਇਲਮ ਇੱਕ ਨੁਕਤਾ ਹੈ ਕਸਰਤ ਕਰਨੀ ਜਾਹਲੋਂ ਕਾ ਕਾਮ ਹੈ ਵਰਕਾ ਚੁੱਕ ਵਰਕਾ ਰੱਖ ਵਰਕਾ ਚੁੱਕ ਵਰਕਾ ਰੱਖ ਇਹ ਤਾਂ ਨਰੀ ਸਿਰ ਪੀੜਿਆ ਹੈ ਕੁਰਾਨ ਕਿਤਾਬਾਂ ਤੂੰ ਸੱਬੇ ਪੜੀਆਂ ਨਾਮ ਰਖਾ ਲਿਆ ਕਾਜ਼ੀ ਫਰਸ਼ਮ ਸ਼ੇਰ ਦਲੇਰ ਵੀ ਹੋਇਓ ਨਾਮ ਰਖਾ ਲਿਆ ਗਾਜੀ ਸਹਿਵ ਜ ਸਹਿਵਰੀ ਹਜ ਮੱਕੇ ਜਾਂ ਕੀਤਾ ਨਾਮ ਰਖਾ ਲਿਆ ਜੀ ਪਰ ਅਹਿਮਦ ਯਾਰਾ ਤੂੰ ਤੇ ਕੁਛ ਵੀ ਨਾ ਖਟਿਆ ਜੇ ਯਾਰ ਨਾ ਕੀਤਾ ਰਾਜ਼ੀ ਹੈ ਤੇ ਯਾਰ ਜੇ ਰਾਜ਼ੀ ਹੋ ਜੇ ਤੇ ਫਿਰ ਐਸਾ ਯਾਰ ਹੈ ਕਿ ਪੂਰੀ ਕਾਇਨਾਤ ਵਿੱਚ ਹੋਰ ਚਿਹਰਾ ਹੀ ਕੋਈ ਨਹੀਂ ਹਰ ਪਾਸੇ ਵਜ ਹੁੰਦਾ ਹੀ ਆ ਫਾਇਨਾ ਮਾ ਤਵਲਫ ਸਮਾ ਵਜ ਹੁੰਦਾ ਕਿ ਜੇ ਇਸ ਤਰਫ ਵੀ ਫਿਰ ਤੂੰ ਰੋਖ ਕਰੇ ਤੈਨੂੰ ਜਦੋਂ ਉਹ ਪੰਜਾਬੀ ਵਾਲਾ ਕਹਿਣ ਦਿਆ ਵੀ ਮੈਨੂੰ ਤੇਰੀ ਉਹ ਆਪਣਾ ਪਹਿਣ ਭਲੇਖੇ ਹੈ ਤੇ ਜਿੱਧਰੋਂ ਵੀ ਦੇਖਾਂ ਉਧਰ ਤੂੰ ਹੀ ਤੂੰ ਹੈ ਮਕਾਨੋਲਾ ਮਕਾਨ ਅੰਦਰ ਮੁਹੰਮਦ ਹੀ ਮੁਹੰਮਦ ਹੈ ਆਰਫੋਂ ਕੀ ਨਿਗਾਹ ਅੰਦਰ ਮੁਹੰਮਦ ਹੀ ਮੁਹੰਮਦ ਹੈ ਇਸ ਹਸਤੀ ਕੀ ਦੁਕਾਨ ਅੰਦਰ ਮੁਹੰਮਦ ਹੀ ਮੁਹੰਮਦ ਹੈ ਫਿਰ ਕਿਆ ਸ਼ਾਨ ਅਹਿਮਦੀ ਕਾ ਚਮਨ ਮੇਂ ਜ਼ਹੂਰ ਹੈ ਔਰ ਹਰ ਗੁਲ ਮੇਂ ਹਰ ਸ਼ਜਰ ਮੇਂ ਮੁਹੰਮਦ ਕਾ ਨੂਰ ਹੈ ਤੇਹਰ ਇਸੇ ਵਾਸਤੇ ਹੀ ਫਰਮਾਇਆ ਲਾ ਲਾ ਕਲਾਮਤ اخਲਕਤੁਲ الافਲਾਕ ਸੋਹਣਿਆ ਤੈਨੂੰ ਪੈਦਾ ਨਾ ਕਰਦਾ ਤੇ ਕੁਛ ਨਾ ਕਰਦਾ ਜੋ ਕੁਛ ਵੀ ਕੀਤਾ ਤੇਰੀ ਖਾਤਰ ਤੇਰੇ ਵਾਸਤੇ ਔਰ ਸਾਰਾ ਕੁਛ ਹੀ ਮੈਂ ਬਣਿਆ ਵਾਂ ਮੈਂ ਆਪ ਹੀ ਗਾਈ ਬਣ ਕੇ ਤੇ ਆਪ ਹੀ ਘਾ ਬਣ ਕੇ ਨਾ ਤੇ ਆਪਣੇ ਆਪ ਨੂੰ ਨੋਚ ਨੋਚ ਕੇ ਖਾ ਰਿਆ ਹੈ ਆਪ ਹੀ ਵੀ ਫਿਰ ਮੈਂ ਦੁੱਧ ਤੇ ਂਡਿਆਂ ਵਾ ਤੇ ਸਾਰੀ ਉਮਰ ਦੇਂਦਾ ਰਿਹਾ ਤੇਰੇ ਕੋ ਡੰਡੇ ਖਾਂਡਿਆ ਹੈ ਤੇ ਫਰਮਾਇਆ ਜਿਹੜਾ ਤੂੰ ਸਾਨੂੰ ਦੁੱਧ ਹੈ ਦੇਂਦਾ ਜਿਉਂਦਾ ਜਾਗਦਾ ਮੱਝ ਸੁਧਿੰਦਾ ਹੈ ਜਿਹੜਾ ਤੂੰ ਸਾਨੂੰ ਦੁੱਧ ਹੈ ਦੇਂਦਾ ਜਿਉਂਦਾ ਜਾਗਦਾ ਮੱਝ ਸੁਧਿੰਦਾ ਤੇ ਉਹ ਉਹ ਕੈਸੀ ਬਾਤ ਆ ਵੀ ਉੱਥੇ ਉਹ ਮੱਝ ਸੁਧਿੰਦਾ ਤੇ ਤੂੰ ਉਹਨੂੰ ਮਾਰਦਾ ਤੇ ਕਹਿਣਾ ਦੁੱਧ ਅੱਲਾ ਦਾ ਨੂਰ ਆ ਤੇ ਫਿਰ ਤੂੰ ਯਾਰ ਉਹਦੇ ਤੇ ਡੰਡੇ ਦੇ ਉੱਪਰ ਸੌਣਾ ਹੈ ਆ ਤੇ ਉਹਦੇ ਤੇ ਤੁਸੀਂ ਆਪਣਾ ਤਰਸ ਨਹੀਂ ਖਾਂਦੇ ਹੈ ਤੇ ਮਰਿਆ ਮੋਿਆਂ ਨੂੰ ਇਹਦੀ ਖੀਰ ਦਾ ਸੁਭਾਅ ਪਚਾਉਂਦੇ ਹੈ ਉਹ ਜੀਂਦਾ ਆ ਦੁੱਧ ਖੁਦਾ ਦਾ ਨੂਰ ਦੇਣ ਡਿਆ ਹੈ ਜੀਉਂਦਾ ਜਾਗਦਾ ਮੱਜਤ ਦੇਣ ਡਿਆ ਉੱਥੇ ਜਿਹਨੂੰ ਅੱਲਾਹ ਪਾਕ ਪਰਵਰਦੀਗਾਰ ਕਹਿੰਦੇ ਆ ਉਹੋ ਹੀ ਤੇ ਸੂਰਤਾਂ ਵਿੱਚ ਆਇਆ صورتے پابند دی یہاں بو دہلی بو دار صورت مولا علی دی صورت ਆ ਤੇ ਜਿੰਨੇ ਵੀ ਉਹ ਹਕੀਕਤ ਨੂੰ ਪਾਇਆ ਉਹਨੂੰ ਆਪਣੇ ਆਪ ਹੀ ਨਜ਼ਰ ਆਇਆ ਭਾਵੇਂ ਉਹ ਸਿਦਰਾਤুল muntaha ਦੀਆਂ ਵੀ ਮੰਜ਼ਲਾਂ ਕੱਟ ਕੇ ਉੱਥੇ ਗਿਆ ਨਾ ਤੇ ਉਸ ਬਰਜ਼ਖ ਦੇ ਵਿੱਚ ਸਰਕਾਰ ਫਰਮਾਉਂਦੇ ਕਿ موسی ਦੇ ਦੌਰ ਵਿੱਚ ਚਿੜੀ ਚਲ ਗਈ ਤੇ ਉਹਨੇ ਆਖਿਆ ਜਾਵੇ موسی ਕਢੂਸਾ ਮੈਂ ਤੇ ਉੱਥੇ ਗਈਆਂ ਤੇ ਮੈਨੂੰ ਤੇ ਆਪਣੇ ਵਰਗੀ ਚਿੜੀ ਨਜ਼ਰ ਆਈ ਹੈ ਭਾਈਆ ਹੋਰ ਐਵੇਂ ਵਹਿਮ ਨਾ ਪਹੋ ਹੈ ਜਿਹੜਾ ਇੱਥੇ ਆ ਉਹ ਅਰਸ਼ ਤੇ ਵੀ ਆ ਉਹ ਫਰਿਸ਼ਤੇ ਵੀ ਆ ਅਰਦੋ ਸਮਾਦ ਆ ਉਹ ਆਪ ਹੀ ਨੂਰ ਆ ਮੈਂ ਤੂੰ ਦਾ ਐਵੇਂ ਫਤੂਰ ਹੀ ਹੈ ਹੈ ਇਹ ਫਤੂਰ ਬਰਜ਼ਖ ਪਲੇਖਾ ਕਾਮਲੀ ਕੱਢਦੇ ਹੈ ਅਲ ਫਰਾਦਾ ਹੱਕ ਦਾ ਹੋਇਆ ਤੇ ਅਹਿਮਦ ਹੋ ਕੇ ਆਇਆ ਐ ਯਾਰ ਉਹ ਇਸ ਤਰ੍ਹਾਂ ਹੋ ਕੇ ਆਇਆ ਵੀ ਉਹ ਅਹਿਮਦ ਹੋ ਕੇ ਆਇਆ ਦੂਸਰਾ ਹੋਰ ਕੋਈ ਨਹੀਂ ਆਇਆ ਤੇ ਫਿਰ ਮੈਂ ਤੂੰ ਲਾਗੇ ਕੌਣ ਜਦੋਂ ਆਇਆ ਹੀ ਅਹਿਮਦ ਹੋ ਕੇ ਆਇਆ ਵੀ ਉਹ ਸਾਰਿਆਂ ਦਾ ਇਮਾਨ ਕਿ ਅਲਫਰਾਦਾ ਹੱਕ ਦਾ ਹੋਇਆ ਤੇ ਅਹਿਮਦ ਹੋ ਕੇ ਆਇਆ ਫਿਰ ਆਨਾ ਅਹਿਮਦ ਸਰਕਾਰ ਫਰਮਾਉਣ ਦੇ ਆਨਾ ਅਹਿਮਦ ਬਿਲਾ ਮੀਮ ਮੈਂ ਅਹਿਮਦ ਹੂੰ ਬਗੈਰ ਮੀਮ ਦੇ ਹੈ ਆਨਾ ਅਹਿਮਦ ਬਿਲਾ ਮੀਮ ਅੰਬੀਆ ਜ਼ਬਾਨ થી ਇਹ ਫਰਮਾਇਆ ਅਬਦੁਹ ਕਹਿ ਕੇ ਫਿਰ ਮੁੜ ਲੋਕ ਬੈਠੇ ਪਰਮਿਆਂ ਸਾਨੂੰ ਪਾਇਆ ਜੋ ਤਲੀ ਸ਼ਾਗਲ ਵਿੱਚੋਂ ਫਾ ਨਰਗ ਸੁਰਗ ਦਾ ਲਾਇਆ ਤੇ ਤੋਬਾ ਕਰ ਹੋਰ ਨ ਮੰਨੀ ਬੇ ਬੈਠ ਕੇ ਸ਼ਾਨ ਨਿਹਾਲ ਤਾਂ ਕੀ ਆਖਾਂ ਕੀ ਸਮਝਾਇਆ ਖੁੱਲ ਗਈਆਂ ਫਿਰ ਦਿਲ ਦੀਆਂ ਚਸ਼ਮਾ ਫਿਰ ਉਹ ਲੁਕਿਆ ਆਣ ਲਵਾਇਆ ਹੈ ਜੋਤਲੀ ਸ਼ਾਗਲ ਵਿੱਚੋਂ ਫਾ ਫਿਰ ਨਰਗ ਸੁਰਗ ਦਾ ਲਾਇਆ ਹੈ ਤੇ ਫਿਰ ਫੇਰ ਅਗੇ ਤੇ ਦਾ ਬੰਦਿਆ ਵੀ ਤੇ ਤੋਬਾ ਕਰ ਹੋਰ ਨ ਮੰਨੀ ਪਾਈ ਤਨ ਪਾਗ ਨੂੰ ਜਾਣੀ ਮੈਂ ਵੀ ਇੱਕ ਕਲਾਮ ਲਿਖੀ ਉਹਦੇ ਵਿੱਚ ਤੇ ਧੁੰਦ ਗੁਬਾਰੀ ਤੇਰੇ ਹੋਣੇ ਦੀ ਤੇ ਤੂੰ ਅੰਦਗੁਬਾਰੀ ਤੇਰੇ ਹੋਣੇ ਦੀ ਤੇਰੇ ਉੱਤੇ ਪੜਦਾ ਪਾਇਆ ਮਨੁਸ਼ੇ ਨੂੰ ਜਦ ਸਤਗੁਰ ਮਿਲਿਆ ਨਾ ਉਹਨੇ ਇਹਦੇ ਹੋਣੇ ਦਾ ਹੀ ਬੁਰਜਾ ਡਾਇਆ ਅੰਦਰ ਬਾਹਰ ਹੋਈ ਸਫਾਈ ਕਿਤੇ ਮਨਸ਼ਾ ਨਜ਼ਰ ਨਾ ਆਇਆ ਤੇ ਸਰਕਾਰ ਸਾਈਂ ਗਫੂਰ ਸਾਹਿਬ ਕਹਿੰਦੇ ਇਸ ਸ਼ੇਰ ਵਿੱਚ ਮੇਰਾ ਵੀ ਨਾਮ ਆਉਣਾ ਚਾਹੀਦਾ ਮੈਂ ਸਰਕਾਰ ਆ ਜੂਗਾ ਉਹ ਫਿਰ ਮੈਂ ਨਾ ਇਹ ਇਹ ਕਲਾਮ ਲਿਖੀ ਤੇ ਤੈ ਤੂੰ ਅੰਦਗੁਬਾਰੀ ਤੇਰੇ ਹੋਣੇ ਦੀ ਤੇਰੇ ਉੱਤੇ ਪੜਦਾ ਪਾਇਆ ਮਨਸ਼ੇ ਨੂੰ ਜਦ ਸਤਗੁਰ ਮਿੜਿਆ ਉਹਦੇ ਉਹਨੇ ਇਹਦੇ ਹੋਣੇ ਦਾ ਬੁਰਜ ਡਾਇਆ ਫਿਰ ਅੰਦਰ ਬਾਹਰ ਹੋਈ ਸਫਾਈ ਕਿਤੇ ਮਨਸ਼ਾ ਨਜ਼ਰ ਨਾ ਆਇਆ ਅਬਦਲ ਗਫੂਰ ਬੇਮਿਸਲ ਸੀ ਜਿਹੜਾ ਵਿੱਚ ਮਿਸਾਲ ਦੇ ਆਇਆ ਮੁਖ ਤੇ ਮੀਮ ਦਾ ਪਰਦਾ ਪਾ ਕੇ ਬशीर शाह ਨਾਮ ਤਰਾਇਆ ਹੈ ਜੇਮ ਜਮਾਲ ਹੈ ਰੱਬੇ ਜਲ ਜਲਾਰਦਾ ਸਾਈ ਮੇਰੇ ਨੇ ਨੁਕਤਾ ਦੱਸਿਆ ਅਜਿਬ ਕਮਾਲ ਦਾ ਮਨਸ਼ੇ ਬੂਟਾ ਪੁੱਟ ਦੇ ਵਹਿਮ ਤੇ ਆਪਣੇ ਖਿਆਲ ਦਾ ਫਿਰ ਉਹੋ ਹੀ ਤੈਨੂੰ ਨਜ਼ਰੀ ਆਵੇ ਜਿੰਨੂੰ ਤੂੰ ਵੇ ਪਾੜਦਾ ਤੇ ਇਹ ਆ ਕਿ ਕੋਈ ਵੀ ਗੈਰ ਨਹੀਂ ਤੇ ਗੈਰ ਇਹਨੂੰ ਨਾਮ ਕੌਮ ਤੇ ਮذਬ ਨੇ ਬਣਾਇਆ ਇਹ ਤਿੰਨ ਬੁੱਤ ਗਰਾ ਦੇ ਤੇ ਫਿਰ ਦੇਖ ਦੇਖ ਕੌਣ ਆ ਤੇਰੇ ਇਰਦ ਗਿਰਦ ਕੌਣ ਆ ਹਰ ਸੂਰਤ ਸੂਰਤ ਅੱਲਾਹ ਪਾਕ ਪਰਵਲ ਦੀ ਗਾਰ ਦੀ ਤੇ ਤੇਰੇ ਅੱਗੇ ਨਏ ਤੋਂ ਨਏ ਅੰਦਾਜ਼ ਨਾਲ ਨਏ ਤੋਂ ਨਏ ਰੂਪ ਵਿੱਚ ਮਾਲਕੋ ਖਾਲਕ ਹੀ ਗੁਜ਼ਰ ਰਿਹਾ ਹੈ ਹੈਂ ਤੇ ਤੂੰ ਫਿਰ ਕਹੀ ਜਾ ਸੁਭਾਨ ਅੱਲਾ ਸੁਭਾਨ ਅੱਲਾ ਇਹਨਾਂ ਪਤਾ ਕੀ ਇਹਦੇ ਭਰਾ ਭਰਾ ਜਿਹੜੇ ਉਹ ਕੋਡ ਰੱਖਣ ਦੇ ਚਸ਼ਮਾ ਕੁਲੀ ਇਹਦੇ ਭਰਾ ਭਰਾ ਕੋਡ ਰੱਖਣ ਦੇ ਆ ਤੇ ਜਿਹਦੀ ਇੱਥੇ ਹੋ ਗਈ ਆ ਉਹ ਤੇ ਸੈਦ ਆਜ਼ਾਦ ਵੀ ਵੇਖਿਆ ਵੀ ਚੂੜੇ ਨੂੰ ਵੀ ਕਹਿੰਦੇ ਤੂੰ ਮੇਰੇ ਨਾਲ ਬਹਿ ਕੇ ਹੁਕਾ ਪੀ ਮੁਸਲਮਾਨ ਮੇਰੇ ਨਾਲ ਆਕੜਨਗੇ ਤੇ ਵੇਖੀ ਜਾਊਗਾ ਹੈ ਸ਼ੀਨ ਸ਼ਰਾ ਸ਼ਰਾਰਤ ਹੈ ਉਹਨਾਂ ਮੂਰਖਾਂ ਦੀ ਜਿਹੜੇ ਇਸ਼ਕ ਸ਼ੌਰ ਨੂੰ ਜਾਣਦੇ ਨਹੀਂ ਸ਼ਰਾ ਸ਼ਰਾ ਕਰਦੇ ਲੱਖਾਂ ਕੂਚ ਕਰ ਗਏ ਸ਼ਰਾ ਆਪਣੀ ਮੂਲ ਪਛਾਣ ਦੇ ਨਹੀਂ ਸ਼ਰਾ ਕੰਮ ਨੇ ਸਿਰਾਂ ਤੋਂ ਲੰਗਿਆਂ ਦੇ ਸ਼ਰਾ ਕੰਮ Hindu Musalman ਦੇ ਨਹੀਂ ਸ਼ਰਾ ਸ਼ੇਰ ਸ਼ਾਹੀ ਪਾਕ ਬशीर अहमद ਇਹ ਲੋਕ ਨ ਜਾਣੇ ਜਾਣ